ਫਗਵਾੜਾ ਦੇ ਵਿੱਚ ਇੱਕ ਟਾਬੇ ਤੇ ਲੋਕਾਂ ਨੂੰ ਸ਼ਰਾਬ ਪੀਣ ਤੋਂ ਰੋਕਣ ਤੇ ਲੋਕਾਂ ਦੇ ਵੱਲੋਂ ਟਾਬੇ ਦੀ ਹੀ ਭੰਨ ਤੋੜ ਕਰ ਦਿੱਤੀ ਗਈ। ਸੋ ਇਹ ਘਟਨਾ ਹੈ ਜਿਹੜੀ ਉੱਥੇ ਲੱਗੇ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਨੌਜਵਾਨ ਕਿਸ ਤਰੀਕੇ ਦੇ ਨਾਲ ਉਸੇ ਟਾਬੇ ਦੀ ਭੰਨ ਤੋੜ ਕਰਦੇ ਨੇ। ਮਾਮਲਾ ਸੀ ਉਹਨਾਂ ਨੂੰ ਉੱਥੇ ਸ਼ਰਾਬ ਪੀਣ ਤੋਂ ਰੋਕਨ ਦਾ। ਸੋ ਇਸ ਸੰਬੰਧੀ ਵਤੇਰੇ ਜਾਣਕਾਰੀ ਦਿੰਦੇ ਹੋਏ ਟਾਬੇ ਦੇ ਮਾਲਕ ਨੇ ਦੱਸਿਆ ਰਾਤ ਨੂੰ ਕੁਝ ਨੌਜਵਾਨ ਆਏ ਸ਼ਰਾਬ ਪੀ ਲੈ ਕਿਆ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਫੈਮਿਲੀ ਰੈਸਟੋਰੈਂਟ ਹੈ ਉਸ ਤੋਂ ਬਾਅਦ ਲੋਕ ਪਹਿਲਾਂ ਚਲੇ ਜਾਂਦੇ ਨੇ ਤੇ ਵਾਪਸ ਆ ਕੇ ਟਾਬੇ ਤੇ ਉਹ ਪੰਨ ਤੋੜ ਕਰਦੇ ਨੇ ਜਿਹਾ ਟਾਬੇ ਚਾਲਕ ਵੱਲੋਂ ਸਿਰਫ ਇਹ ਕਿਹਾ ਗਿਆ ਕਿ ਇੱਥੇ ਸ਼ਰਾਬ ਅਲਾਉਟ ਨਹੀਂ ਹੈ ਇੱਕ ਫੈਮਿਲੀ ਰੈਸਟੋਰੈਂਟ ਹੈ ਬਸ ਇਨੀ ਕਹਿਣ ਦੀ ਦੇਰ ਸੀ ਤੇ ਉਹ ਜਿਹੜੇ ਨੌਜਵਾਨਾਂ ਪਹਿਲਾਂ ਤਾਂ ਚਲੇ ਜਾਂਦੇ ਨੇ ਬਾਅਦ ਵਿੱਚ ਖੁੰਦਾ ਕੱਢਦੇ ਹੋਏ ਉਸ ਟਾਬੇ ਦੀ ਜਿਹੜੀ ਪੰਨ ਤੋੜ ਕਰ ਦਿੰਦੇ ਨੇ ਸੋ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਅਪਡੇਟ ਲੈ ਕੇ ਉਗਰੂ ਹੋਵਾਂਗੇ ਜੁੜੇ ਰਹੋ ਲੁਧਿਆਣਾ